ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ ਅੱਜ 5 ਦਸੰਬਰ 2013 20 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ ਅੱਜ ਦੇ ਦਿਨ 1872 ਦੇ ਵਿੱਚ ਭਾਈ ਵੀਰ ਸਿੰਘ ਜੀ ਦਾ ਜਨਮ ਹੋਇਆ ਜੀ ਇਹ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਕਈ ਵਾਰ ਇਹਨਾਂ ਨੂੰ ਵੀ ਪੰਜਾਬ ਦਾ 6ਵਾਂ ਦਰਿਆ ਕਿਹਾ ਜਾਂਦਾ ਜੀ ਇਹਨਾਂ ਨੇ ਜਿਵੇਂ ਸਿੱਖੀ ਪ੍ਰਚਾਰ ਦੇ ਲਈ ਕਲਮ ਨੂੰ ਚੁਣਿਆ ਉਹਨਾਂ ਦੀਆਂ ਲਿਖਤਾਂ ਉਹਨਾਂ ਦੀਆਂ ਇਤਿਹਾਸਕ ਖੋਜਾਂ ਗੁਰੂ ਨਾਨਕ ਚਮਤਕਾਰ ਅਸ਼ਟਗੁਰੂ ਚਮਤਕਾਰ ਕਲਗੀਧਰ ਚਮਤਕਾਰ ਜੀ ਫਿਰ ਕਿਸੇ ਜ਼ਮਾਨੇ 'ਚ ਉਹਨਾਂ ਦੀਆਂ ਲਿਖਤਾਂ ਜਿਵੇਂ ਸੁੰਦਰੀ ਨਾਵਲ ਜਿਸ 'ਤੇ ਫਿਲਮ ਵੀ ਬਣੀ ਹੈ ਔਰ ਅੱਜ ਵੀ ਉਹ ਪ੍ਰੇਰਨਾ ਦਿੰਦੀ ਕਈ ਜ਼ਬਾਨਾਂ 'ਚ ਉਹਦੀ ਟਰਾਂਸਲੇਸ਼ਨ ਹੋਈ ਵਿਜੈ ਸਿੰਘ ਨੌਦ ਸਿੰਘ ਜੀ ਇਹ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਲਾ ਕੇ ਖਾਲਸਾ ਸਮਾਚਾਰ ਖਾਲਸਾ ਐਡਵੋਕੇਟ ਇਸ ਕਿਸਮ ਦੇ ਦੀਆਂ ਪਬਲੀਕੇਸ਼ਨਸ ਔਰ ਉਹਨਾਂ ਨੇ ਕਿੰਨਿਆਂ ਨੂੰ ਇੰਸਪਾਇਰ ਕੀਤਾ ਜੀ ਉਹਨਾਂ ਦਾ ਬਹੁਤ ਮੇਰੀ ਛਿਪੇ ਰਹਿਣ ਦੀ ਚਾਹ ਛਿਪੇ ਤੁਰ ਜਾਣ ਦੀ ਉਹ ਕੋਈ ਪਬਲਿਕਲੀ ਲੋਕਾਂ ਜਾ ਕੇ ਲੈਕਚਰ ਨਹੀਂ ਸਨ ਕਰਦੇ ਪਰ ਨਾਮ ਦੇ ਰੰਗ ਵਿੱਚ ਰੰਗੇ ਹੋਏ ਜਿਵੇਂ ਉਹਨਾਂ ਨੇ ਸਿੱਖੀ ਪ੍ਰਚਾਰ ਦੇ ਵਿੱਚ ਯੋਗਦਾਨ ਪਾਇਆ ਜੀ ਉਹ ਆਪਣੇ ਆਪ ਦੇ ਵਿੱਚ ਲਾਮਿਸਾਲ ਹੈ 1957 ਦੇ ਵਿੱਚ ਉਹਨਾਂ ਨੇ ਚੜ੍ਹਾਈ ਕੀਤੀ ਸੋ ਭਾਈ ਵੀਰ ਸਿੰਘ ਇੱਕ ਬੜਾ ਵੱਡਾ ਨਾਂ ਹੈ ਇਕੱਲੇ ਪੰਜਾਬੀ ਸਾਹਿਤ ਦੇ ਐਂਗਲ ਤੋਂ ਨਹੀਂ ਜੀ ਸਿੱਖ ਇਤਿਹਾਸ ਦੇ ਐਂਗਲ ਤੋਂ ਸਿੱਖੀ ਸੇਵਾ ਦੇ ਐਂਗਲ ਤੋਂ ਜਿਵੇਂ ਉਹਨਾਂ ਨੇ ਈਵਨ ਪ੍ਰਾਚੀਨ ਪੰਥ ਪ੍ਰਕਾਸ਼ ਵਰਗੀਆਂ ਜਿਹੜੀਆਂ ਰੇਅਰ ਪੁਸਤਕਾਂ ਸੀ ਉਹਨਾਂ ਦਾ ਸੰਪਾਦਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਅਰਥ ਵਿਆਖਿਆ ਇਸ ਪਾਸੇ ਵੱਲ ਉਹਨਾਂ ਦੇ ਭਰਾ ਵੀ ਡਾਕਟਰ ਬਲਬੀਰ ਸਿੰਘ ਦੇਹਰਾਦੂਨ ਉਹ ਵੀ ਬਹੁਤ ਵੱਡੀ ਲਿਟਰੇਰੀ ਸ਼ਖਸੀਅਤ ਹੋਏ ਇਹਨਾਂ ਦੀ ਫੈਮਿਲੀ 'ਚ ਉਹਨਾਂ ਦੇ ਪਿਤਾ ਡਾਕਟਰ ਚਰਨ ਸਿੰਘ ਉਹਨਾਂ ਦੇ ਨਾਨਾ ਹਜ਼ਾਰਾ ਸਿੰਘ ਸੋ ਜਿਹੜੀ ਸਿੰਘ ਸਭਾ ਮੂਵਮੈਂਟ ਜਦੋਂ ਅਸੀਂ ਦੇਖਦੇ ਹਾਂ ਤਾਂ ਉਸ ਦੇ ਇਹ ਉਵੇਂ ਹੀ ਪਿੱਲਰ ਸਨ ਜਿਵੇਂ ਭਾਈ ਕਾਨ ਸਿੰਘ ਨਾਭਾ ਔਰ ਸਰ ਕਰਮ ਸਿੰਘ ਹਿਸਟੋਰੀਅਨ ਪ੍ਰਿੰਸੀਪਲ ਗੰਡਾ ਸਿੰਘ ਨੇ ਇਤਿਹਾਸ ਦੇ ਡਿਫਰੈਂਟ ਪੱਖ ਬਾਅਦ ਦੇ ਵਿੱਚ ਚੁਣੇ ਪਰ ਇਹ 19ਵੀਂ ਸਦੀ ਦੇ ਅਖੀਰ ਦੇ ਵਿੱਚ ਇਹਨਾਂ ਨੇ ਪ੍ਰਿੰਟ ਮੀਡੀਆ ਰਾਹੀਂ ਕਿਉਂਕਿ ਪ੍ਰੈਸ ਲਾਇਆ ਔਰ ਇਹਨਾਂ ਨੇ ਜਿਹੜਾ ਪੰਜਾਬੀ ਸਾਹਿਤ ਨੂੰ ਔਰ ਸਿੱਖ ਇਤਿਹਾਸ ਨੂੰ ਇੱਕ ਨਵੀਂ ਜ਼ਬਾਨ ਦਿੱਤੀ ਨਵੇਂ ਲਿਖਤ ਢੰਗ ਔਰ ਨਵੇਂ ਪੰਜਾਬੀ ਦੇ ਸ਼ਬਦ ਜਿਹੜੇ ਨੇ ਉਹ ਲਿਟਰੇਚਰ ਨੂੰ ਦਿੱਤੇ ਜੀ 1966 ਦੇ ਵਿੱਚ ਅੱਜ ਦੇ ਦਿਨ ਸੰਤ ਫਤਿਹ ਸਿੰਘ ਜਿਹੜਾ ਕਿ ਕਾਂਗਰਸ ਨੇ ਕੈਰੋਂ ਨਹਿਰੂ ਨੇ ਉੱਥੋਂ ਲੱਭ ਕੇ ਲਿਆਂਦਾ ਸੀ ਗੰਗਾਨਗਰ ਤੋਂ ਮਸਤਾਰਾ ਸਿੰਘ ਦੀ ਲੀਡਰਸ਼ਿਪ ਖਤਮ ਕਰਨ ਦੇ ਲਈ ਉਹਨੇ ਐਲਾਨ ਕੀਤਾ ਕਿ ਜੀ ਮੈਂ 10 ਦਿਨ ਦੇ ਲਈ ਭੁੱਖ ਹੜਤਾਲ ਕਰਾਂਗਾ ਜੇ ਚੰਡੀਗੜ੍ਹ ਪੰਜਾਬ ਨੂੰ ਨਾ ਦਿੱਤਾ ਗਿਆ ਉਹਨੇ ਕਿਹਾ ਜੀ ਮੈਂ 17 ਦਸੰਬਰ ਤੋਂ ਭੁੱਖ ਹੜਤਾਲ ਕਰਾਂਗਾ ਅਤੇ ਜੇ ਨਾ ਮਿਲਿਆ ਤਾਂ 27 ਦਸੰਬਰ ਨੂੰ ਮੈਂ ਅੱਗ ਲਾ ਕੇ ਸੜ ਮਰਾਂਗਾ ਉਹਨੇ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਨਾਲ ਜਿਹੜੇ ਨੇ ਆਪਣੇ ਹਵਨ ਕੁੰਡ ਵੀ ਬਣਾਏ ਹੋਏ ਸੀ ਸੋ ਨਾ ਚੰਡੀਗੜ੍ਹ ਪੰਜਾਬ ਨੂੰ ਮਿਲਿਆ ਨਾ ਉਹ ਸੜ ਕੇ ਮਰਿਆ ਅਖੀਰ ਜਿਹੜਾ ਮਰ ਕੇ ਤਾਂ ਸੜਿਆ ਪਰ ਸੜ ਕੇ ਨਹੀਂ ਮਰਿਆ 1988 ਦੇ ਵਿੱਚ ਸੁਰਜੀਤ ਸਿੰਘ ਬਰਨਾੜਾ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਬਣਿਆ ਸੀ 1985 'ਚ ਲੌਂਗੋਵਾਲ ਅਕਾਰਡ ਤੋਂ ਬਾਅਦ ਜਿਹਨੇ ਰੁਬੈਰੋ ਨੂੰ ਲਿਆਂਦਾ ਸਿੱਖ ਨੌਜਵਾਨ ਮਰਵਾਏ ਜਿਹਨੇ ਜਦੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਤਾਂ ਉਹਨੇ 30 ਅਪ੍ਰੈਲ ਨੂੰ ਕਮਾਂਡੋ ਔਰ ਪੁਲਿਸ ਅੰਦਰ ਭੇਜੀ ਤਾਂ ਕਿ ਇੰਦਰਾ ਗਾਂਧੀ ਦੇ ਜੂਨ 1984 ਦੇ ਹਮਲੇ ਨੂੰ ਜਸਟੀਫਾਈ ਕੀਤਾ ਜਾ ਸਕੇ ਜੇ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਗਿਆ ਅਤੇ ਉਹਨੇ ਆਉਣ ਤੋਂ ਇਨਕਾਰ ਕੀਤਾ ਪਰ ਉਦੋਂ ਤੱਕ ਫਿਰ ਇਹ ਪਾਵਰ ਤੋਂ ਲੱਥ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਜਥੇਦਾਰ ਸਨ ਅਕਾਲ ਤਖ਼ਤ ਦੇ ਸੋ ਗਿੱਟਮਿਟ ਜਿਹੀ ਹੁੰਦੀ ਹੈ ਜਦੋਂ ਵੀ ਇਹਨਾਂ ਨੇ ਫਿਰ ਉਹ ਮਾਫ਼ੀਨਾਮਾ ਲੈਣਾ ਹੁੰਦਾ ਉਹ ਆਇਆ ਉੱਥੇ ਉਹ ਗਲ ਜਿਹੀ 'ਚ ਜਥੇਦਾਰ ਨੇ ਕਿਹਾ ਜੀ ਇਹ ਤੂੰ ਤਖ਼ਤੀ ਪਾ ਗਲ 'ਚ ਕੇ ਹਾਂ ਪਾਪੀ ਤੂੰ ਬਖਸ਼ਣ ਹਾਰ ਉਹ ਪਾ ਕੇ ਉੱਥੇ ਬੇਰੀ ਥੱਲੇ ਉਹਨੂੰ ਬਿਠਾ ਛੱਡਿਆ ਕਿਹਾ ਜੀ ਹੁਣ ਇਹ ਮਾਫ਼ ਹੋ ਗਿਆ ਤੂੰ ਜੁੱਤੀਆਂ ਸਾਫ਼ ਕਰ ਸੋ ਇਹ ਔਰ ਹੁਣ ਉਹ ਲੀਡਰ ਬਣਿਆ ਹੁੰਦਾ ਫਿਰ ਆਪਣੇ ਵੀ ਕਈ ਵੀਰ ਦੌੜਦੇ ਜਾਂਦੇ ਨੇ ਕਿ ਜੀ ਬਰਨਾਲਾ ਕਰੇਗਾ ਤੁਸੀਂ ਕਿਉਂ ਭੁੱਲ ਜਾਂਦੇ ਹੋ ਇਹਨਾਂ ਦਾ ਪਿਛੋਕੜ ਵੀ ਇਹ ਕੌਣ ਲੋਕ ਨੇ ਅੱਜ ਦੇ ਦਿਨ ਭਾਈ ਦਰਸ਼ਨ ਸਿੰਘ ਲੋਹਾਰਾ ਦੀ ਸ਼ਹੀਦੀ ਹੁਣ ਬਹੁਤ ਦਿਨ ਜਿਹੜੇ ਸਾਡੀ ਕਰੰਟ ਹਿਸਟਰੀ ਦੇ ਨੇ ਅਸੀਂ ਭੁੱਲ ਜਾਂਦੇ ਹਾਂ ਕਿ ਕਿਵੇਂ ਸੁਰਿੰਦਰ ਕੌਰ ਬਾਦਲ ਦੀ ਘਰ ਵਾਲੀ ਜਿਹੜੀ ਆਸ਼ੂਤੋਸ਼ ਦੀ ਚੇਲੀ ਸੀ ਲੁਧਿਆਣੇ ਦੇ ਵਿੱਚ ਆਸ਼ੂਤੋਸ਼ ਦਾ ਸਮਾਗਮ ਰੱਖਿਆ ਸਿੱਖਾਂ ਨੇ ਕਿਹਾ ਕਿ ਭਾਈ ਇਹ ਤਾਂ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹਦੇ ਸਮਾਗਮ ਨਹੀਂ ਸੀ ਹੋਣ ਦਿੱਤੇ ਔਰ ਉਹਨਾਂ ਨੇ ਕਿਹਾ ਬਾਦਲ ਨੇ ਨਹੀਂ ਜੀ ਪੁਲਿਸ ਨੂੰ ਇਹ ਤਾਂ ਹੋਏਗਾ ਹੀ ਹੋਏਗਾ ਨਤੀਜੇ ਦੇ ਤੌਰ 'ਤੇ ਸਿੱਖ ਪ੍ਰੋਟੈਸਟ ਦੇ ਲਈ ਗਏ ਔਰ ਪੀਸਫੁੱਲ ਪ੍ਰੋਟੈਸਟ ਦੇ ਉੱਤੇ ਪੁਲਿਸ ਨੇ ਗੋਲੀ ਚਲਾਈ ਤਾਂ ਭਾਈ ਦਰਸ਼ਨ ਸਿੰਘ ਲੋਹਾਰਾ ਜਿਹੜੇ ਨੇ ਅੱਜ ਦੇ ਦਿਨ 5 ਦਸੰਬਰ ਨੂੰ ਲੁਧਿਆਣੇ ਦੇ ਵਿੱਚ ਸ਼ਹੀਦ ਹੋਏ ਇੱਕ ਗਰੀਬ ਕਿਰਤੀ ਸਿੱਖ ਆਟੋ ਚਲਾ ਕੇ ਆਪਣੇ ਟੱਬਰ ਨੂੰ ਪਾਲਣ ਵਾਲਾ
ਜਿਹੜਾ ਕਿ ਕਦੇ ਰਾਧਾ ਸਵਾਮੀਆਂ ਦੇ ਪ੍ਰਭਾਵ ਥੱਲੇ ਸੀ ਜੀ, ਪਰ ਸਿੱਖੀ 'ਚ ਆਇਆ ਔਰ ਉਸ ਸ਼ਹੀਦੀ ਨੂੰ ਉਹਨੇ ਲਿਆ। ਪਰ ਇਹ ਜਿਹੜੀ ਅੱਜ ਵੀ ਉਹੀ ਹਕੂਮਤ ਹੈ ਜਿਹਨੇ ਆਸ਼ੂਤੋਸ਼ ਦਾ ਸਮਾਗਮ ਹੋ ਲੈਣ ਦਿੱਤਾ ਸੀ, ਹੁਣ ਕੂੜ ਸੌਦੇ ਵਾਲੇ ਦੀ ਚਰਚਾ ਢੁੱਡੀ ਕੇਜ ਕਰਵਾਉਣ ਲਈ ਸਾਰਾ ਪਿੰਡ ਬਾਹਰ ਕੱਢ ਕੇ ਕੁੱਟਿਆ, ਉਹਨਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ ਹੈ, ਜੇ ਫਿਰ ਵੀ ਸਿੱਖਾਂ ਨੂੰ ਸਮਝ ਨਹੀਂ ਆਉਣੀ ਹੈ ਜਾਂ ਇਹ ਸਮਝ ਨਹੀਂ ਆਉਂਦੀ ਹੈ ਕਿ ਬਾਦਲ ਕੌਣ ਹੈ ਅਤੇ ਇਹਦਾ ਕੀ ਏਜੰਡਾ ਹੈ, ਫਿਰ ਤਾਂ ਹੁਣ ਮੈਂ ਕੀ ਇਸ ਲਈ ਸ਼ਬਦ ਕਹਾਂ। ਵਰਲਡ ਹਿਸਟਰੀ ਦੇ ਹਵਾਲੇ ਨਾਲ 1492 ਦੇ ਵਿੱਚ ਕੋਲੰਬਸ ਨੇ ਹੇਤੀ, ਜਿਹਨੂੰ ਅੱਜ ਅਸੀਂ ਕਹਿੰਦੇ, ਉਦੋਂ ਇਹਦਾ ਨਾਂ ਹਿਸਪੈਨੀਓਲਾ ਸੀ, ਇਹ ਲੱਭਿਆ। 1766 ਦੇ ਵਿੱਚ ਲੰਡਨ ਦੇ ਵਿੱਚ ਜੇਮਸ ਕ੍ਰਿਸਟਰਸ, ਇਹ ਕ੍ਰਿਸਟੀ ਜੇਮਸ ਕ੍ਰਿਸਟੀ, ਇਹ ਪਹਿਲਾ ਆਕਸ਼ਨ ਗਰੁੱਪ ਸੀ ਜਿਨ੍ਹਾਂ ਨੇ ਕੁਝ ਚੀਜ਼ਾਂ ਦੀ ਆਕਸ਼ਨ ਕੀਤੀ। ਸੋ ਅੱਜ ਵੀ ਦੁਨੀਆ ਦੇ ਵਿੱਚ ਜਿਹੜੀਆਂ ਬਹੁਤ ਕੀਮਤੀ ਚੀਜ਼ਾਂ, ਬੜੀਆਂ ਰੇਅਰ ਜਿਹੜੇ ਹਿਸਟੋਰੀਕਲ ਔਰ ਡਾਕੂਮੈਂਟ ਔਰ ਪੁਰਾਣੀਆਂ ਚੀਜ਼ਾਂ ਨੇ, ਇਹ ਜਿਹੜੇ ਨੇ ਕ੍ਰਿਸਟੀਜ਼ ਇਹ ਆਕਸ਼ਨ ਕਰਦੇ ਨੇ। 1792 ਦੇ ਵਿੱਚ ਜਾਰਜ ਵਾਸ਼ਿੰਗਟਨ ਦੁਬਾਰਾ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ। ਦੋ ਟਰਮਸ ਬਾਅਦ ਉਹਨੇ ਫਿਰ ਆਪਣੀ ਪੀਸਫੁੱਲ ਲਾਈਫ ਗੁਜ਼ਾਰੀ। 1921 ਦੇ ਵਿੱਚ ਬ੍ਰਿਟਨ ਨੇ ਸਮਝੌਤਾ ਕਰਕੇ ਆਇਰਲੈਂਡ ਦੇਸ਼ ਬਣਾਉਣਾ ਮੰਨ ਲਿਆ। ਇਸ ਤਰ੍ਹਾਂ ਅੱਜ ਇੱਕ ਆਇਰਲੈਂਡ ਦੇਸ਼ ਅੱਡ ਦੇਸ਼ ਹੈ, ਹਾਲਾਂਕਿ ਨਾਰਦਰਨ ਆਇਰਲੈਂਡ ਬ੍ਰਿਟਨ ਦਾ ਹਿੱਸਾ ਹੈ ਪਰ ਇੱਕ ਨਾਲ ਉਹਦੇ ਆਇਰਲੈਂਡ ਮੁਲਕ ਹੈ ਜਿਹੜਾ 1921 ਦੇ ਸਮਝੌਤੇ ਦੇ ਤਹਿਤ ਬਣਿਆ। 1932 ਦੇ ਵਿੱਚ ਆਈਨਸਟਾਈਨ, ਜਿਹੜਾ ਕਿ ਬੜਾ ਦੁਖੀ ਸੀ ਜੋ ਜਰਮਨ ਦੇ ਵਿੱਚ ਹਿਟਲਰ ਕਰ ਰਿਹਾ ਸੀ, ਉਹਨੇ ਅਮਰੀਕਾ ਦੇ ਲਈ ਵੀਜ਼ਾ ਅਪਲਾਈ ਕੀਤਾ ਔਰ ਅਮਰੀਕਾ ਉਹਨੂੰ ਆਉਣ ਦੀ ਆਗਿਆ ਮਿਲੀ। ਉਹਨੇ ਨਿਊ ਜਰਸੀ ਨੂੰ ਦੇ ਵਿੱਚ ਆਪਣਾ ਘਰ ਬਣਾਇਆ। 1946 ਦੇ ਵਿੱਚ ਪ੍ਰੈਜ਼ੀਡੈਂਟ ਟਰੂਮੈਨ ਨੇ ਇੱਕ ਕਮੇਟੀ ਔਨ ਸਿਵਲ ਰਾਈਟਸ ਕ੍ਰੀਏਟ ਕੀਤੀ। 1950 ਦੇ ਵਿੱਚ ਸਿੱਕਮ ਨੂੰ ਜਿਹੜਾ ਹੈ ਉਹ ਇੱਕ ਪ੍ਰੋਟੈਕਟੋਰੇਟ, ਇੰਡੀਆ ਦੀ ਸ਼ਰਨ 'ਚ ਆ ਕੇ ਇੰਡੀਆ ਦਾ ਪ੍ਰੋਟੈਕਟੋਰੇਟ ਰਿਆਸਤ ਬਣੀ। ਔਰ 1978 ਦੇ ਵਿੱਚ ਰੂਸ ਨੇ ਅਫਗਾਨਿਸਤਾਨ ਦੇ ਨਾਲ 20 ਸਾਲਾ ਟ੍ਰੀਟੀ ਕੀਤੀ, ਜਿਹਦਾ ਫਿਰ ਫਾਇਦਾ ਉਠਾ ਕੇ ਸੋਵੀਅਤ ਫੌਜਾਂ ਜਿਹੜੀਆਂ ਨੇ ਉਹ ਅਫਗਾਨਿਸਤਾਨ ਦੇ ਵਿੱਚ ਆ ਵੜੀਆਂ, ਜਿਹੜੀਆਂ 1992-93 ਵਿੱਚ ਉੱਥੋਂ ਫਿਰ ਨਿਕਲੀਆਂ 1990 'ਚ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਮੀਡੀਆ ਖਬਰਾਂ ਅਨੁਸਾਰ 95 ਸਾਲਾਂ ਨੈਲਸਨ ਮੰਡੈਲਾ ਸੰਸਾਰ ਤੋਂ ਕੂਚ ਕਰ ਗਏ ਹਨ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਨੈਲਸਨ ਮੰਡੈਲਾ ਹਿਸਟਰੀ ਦੀ ਬਹੁਤ ਵੱਡੀ ਸ਼ਖਸੀਅਤ ਹੈ ਔਰ ਅੱਜ ਦੇ ਦੌਰ 'ਚ ਮੈਂ ਸਮਝਦਾ ਹਾਂ ਕਿ ਉਹਦੇ ਜਾਣ ਨਾਲ ਇਹ ਲਾਸਟ ਸਟੇਟਸਮੈਨ ਜੋ ਅਸੀਂ ਕਹਿੰਦੇ ਹਾਂ ਦੁਨੀਆ ਤੋਂ ਰੁਖਸਤ ਹੋਇਆ। ਕਿਆ ਕਹਿਣੇ, ਮਤਲਬ ਮੇਰੇ ਤਾਂ ਉਹਨਾਂ ਹੀਰੋਆਂ 'ਚੋਂ ਹੈ ਜਦੋਂ ਮੈਂ ਇੰਟਰਨੈਸ਼ਨਲ ਜਿਨ੍ਹਾਂ ਤੋਂ ਇੰਸਪੀਰੇਸ਼ਨ ਲਈ ਹੈ। ਔਰ ਮੈਂ ਰਿਕਮੈਂਡ ਵੀ ਕਰਾਂਗਾ ਕਿ ਲੌਂਗ ਵਾਕ ਟੂ ਫਰੀਡਮ, ਇਹ ਪੁਸਤਕ ਜਿਹੜੀ ਨੈਲਸਨ ਮੰਡੈਲਾ ਬਾਰੇ ਹੈ, ਉਸ ਨੂੰ ਜ਼ਰੂਰ ਪੜ੍ਹਨ ਸਾਡੇ ਰੀਡਰ। ਔਰ ਮੌਤ, ਅੱਜ ਹੁਣ ਤਾਂ ਚਲੇ ਗਏ, ਪਿਛਲੇ ਕੁਛ ਹਫ਼ਤੇ ਪਹਿਲਾਂ ਹੀ ਇਹ ਆਲਮੋਸਟ ਖਬਰ ਸੀ ਕਿ ਹੀ ਇਜ਼ ਡਾਇੰਗ, ਅਤੇ ਉਦੋਂ ਅਸੀਂ ਪੂਰਾ ਇੱਕ ਸੈਗਮੈਂਟ ਉਹਨਾਂ ਦੇ ਉੱਤੇ ਡਿਸਕਸ ਕੀਤਾ ਸੀ ਜੀ, ਔਰ ਉਹ ਅਪਲੋਡ ਵੀ ਹੈ ਉਸੇ ਨੈਲਸਨ ਮੰਡੈਲਾ ਦੇ ਥੱਲੇ। ਸੋ ਮੈਂ ਬਹੁਤ ਵੇਰਵੇ 'ਚ ਨਹੀਂ ਜਾਵਾਂਗਾ ਜੀ। ਡੈਥ ਬਾਰੇ ਨੈਲਸਨ ਮੰਡੈਲਾ ਦੇ ਆਪਣੇ ਖਿਆਲ ਕੀ ਨੇ, ਇਹ ਕੋਟ ਅੱਜ ਮੀਡੀਆ ਦੇ ਵਿੱਚ ਹੈ, ਉਹਦੇ 'ਚ ਉਹਨਾਂ ਨੇ ਕਿਹਾ, ਡੈਥ ਇਜ਼ ਸਮਥਿੰਗ ਇਨਐਵੀਟੇਬਲ ਵੈਨ ਏ ਮੈਨ ਹੈਜ਼ ਡਨ ਵਟ ਹੀ ਕੰਸੀਡਰਸ ਟੂ ਬੀ ਹਿਜ਼ ਡਿਊਟੀ ਟੂ ਹਿਜ਼ ਪੀਪਲ ਐਂਡ ਹਿਜ਼ ਕੰਟਰੀ, ਹੀ ਕੈਨ ਰੈਸਟ ਇਨ ਪੀਸ ਜੀ। ਕਿ ਮੌਤ ਤਾਂ ਆਉਣੀ ਆਉਣੀ ਹੈ, ਇਸ ਦਾ ਇਹ ਸਰਟਨ ਹੈ, ਇਨਐਵੀਟੇਬਲ ਹੈ ਜੀ। ਪਰ ਜੇ ਕਿਸੇ ਬੰਦੇ ਨੇ ਆਪਣੇ ਲੋਕਾਂ ਔਰ ਆਪਣੇ ਦੇਸ਼ ਇਸ ਦੇ ਲਈ ਆਪਣੇ ਫਰਜ਼ ਪੂਰੇ ਕੀਤੇ ਨੇ, ਤਾਂ ਉਹ ਫਿਰ ਸ਼ਾਂਤੀ ਦੇ ਨਾਲ ਮਰ ਸਕਦਾ ਔਰ ਸ਼ਾਂਤੀ ਦੇ ਨਾਲ ਉਹ ਜਿਹੜਾ ਉਹ ਆਪਣਾ ਅਖੀਰ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰ ਸਕਦਾ ਜੀ। ਸੋ ਅਸੀਂ ਸਮਝਦੇ ਹਾਂ ਵੀ ਨੈਲਸਨ ਮੰਡੈਲਾ ਨੇ 27 ਸਾਲ ਅਫਰੀਕਾ ਦੇ ਵਿੱਚ ਅਪਾਰਥਾਈਡ, ਨਸਲ ਭੇਦ ਜਿਹੜਾ ਸੀ ਉਹਦੇ ਖਿਲਾਫ ਜੇਲ੍ਹ ਕੱਟੀ। ਕੋਈ ਨੈਲਸਨ ਮੰਡੈਲਾ ਨੇ ਚਰਖਾ ਨਹੀਂ ਸੀ ਚਲਾਇਆ, 27 ਸਾਲ ਇਸ ਲਈ ਮਿਲਿਆ ਕਿ ਉਹਨੇ ਦੇਖ ਲਿਆ ਸੀ ਵੀ ਸ਼ਾਂਤਮਈ ਨਾਲ ਗੱਲ ਨਹੀਂ ਹੋਣੀ ਜੀ, ਉਹਨੇ ਹਥਿਆਰਬੰਦ ਸੰਘਰਸ਼ ਦੇ ਰਾਹੀਂ ਆਜ਼ਾਦੀ ਲੈਣੀ ਚਾਹੀ ਜੀ। ਜੇਲ੍ਹ 'ਚ ਰਿਹਾ 27 ਸਾਲ, ਫਿਰ ਇੰਨਾ ਪ੍ਰੈਸ਼ਰ ਬਣਿਆ, ਦੁਨੀਆ ਬਦਲ ਗਈ, ਅਮਰੀਕਨ ਪ੍ਰੈਸ਼ਰ ਬਣਿਆ। ਅਮਰੀਕਾ ਦੇ ਕਾਲਿਆਂ ਦਾ ਬਹੁਤ ਵੱਡਾ ਰੋਲ ਹੈ ਕਿ ਜਿਹੜਾ ਸੈਂਕਸ਼ਨ ਲੱਗੀਆਂ ਸਾਊਥ ਅਫਰੀਕਾ 'ਤੇ, ਮੰਡੈਲਾ ਨੂੰ ਛੱਡਣਾ ਪਿਆ ਜੀ। ਪਰ ਪਹਿਲਾਂ ਜੇ ਮੰਡੈਲਾ ਨੇ ਆਪਣੇ ਆਜ਼ਾਦੀ ਦੀ ਜ਼ੁੰਬਸ਼ ਦਿਖਾਈ, ਹਥਿਆਰਬੰਦ ਸੰਘਰਸ਼ ਦਿਖਾਇਆ, ਅਤੇ ਫਿਰ ਉਹਨੇ ਫਰਗਿਵਨੈਸ ਦਾ ਕਰੈਕਟਰ ਵੀ ਦਿਖਾਇਆ। ਉਹ ਜਦੋਂ ਬਾਹਰ ਆਇਆ ਪਹਿਲਾ ਪ੍ਰੈਜ਼ੀਡੈਂਟ ਬਣਿਆ ਔਰ ਉਹਨੇ ਗੋਰਿਆਂ ਨੂੰ ਮਾਫ਼ ਕਰਤਾ, ਉਹਨਾਂ ਨੇ ਕਿਹਾ ਵੀ ਆਓ ਰਲ ਮਿਲ ਕੇ, ਅਸੀਂ ਭਾਵੇਂ ਗੋਰਿਆਂ ਦੀ ਬਹੁਤ ਛੋਟੀ ਉੱਥੇ ਆਬਾਦੀ ਹੈ, ਕਾਲੇ ਮੈਜੋਰਟੀ 'ਚ ਨੇ ਸਾਊਥ ਅਫਰੀਕਾ, ਉਹਨਾਂ ਕਿਹਾ ਆਓ ਰਲ ਮਿਲ ਕੇ ਇੱਕ ਮੁਲਕ ਬਣਾਈਏ ਜੀ। ਔਰ ਫਿਰ ਇੱਕ ਟਰਮ ਤੋਂ ਬਾਅਦ ਇੱਕ ਵਾਰੀ ਉਹ ਬਣਿਆ, ਫਿਰ ਉਹਨੇ ਛੱਡ ਦਿੱਤਾ, ਇਹ ਦੱਸਣ ਦੇ ਲਈ ਕਿ ਭਾਈ ਜਿਹੜੇ ਬੰਦੇ ਕੁਰਬਾਨੀ ਦੇ ਰਸਤੇ 'ਤੇ ਤੁਰ ਕੇ ਇੱਥੋਂ ਤੱਕ ਪਹੁੰਚਦੇ ਨੇ, ਜ਼ਰੂਰੀ ਨਹੀਂ ਬਾਦਲ ਵਾਂਗ ਪੰਜਵੀਂ ਵਾਰ ਬਣ ਕੇ ਜੱਫਾ ਮਾਰਨਾ ਜਾਂ ਉਹ ਤਾਕਤ ਦੇ ਨਸ਼ੇ 'ਚ ਆਪਣੇ ਲੋਕਾਂ ਦਾ ਘਾਣ ਕਰ। ਉਹਨੇ ਕਿਹਾ ਵੀ ਨਹੀਂ, ਮੈਂ ਹੁਣ ਤੁਹਾਨੂੰ ਗਾਈਡ ਕਰਾਂਗਾ,
ਤੁਸੀਂ ਆਪਣਾ ਮੁਲਕ ਆਪ ਬਣਾਓ। ਸੋ ਅਸੀਂ ਜਿਹੜਾ ਨੈਲਸਨ ਮੰਡੈਲਾ ਨੂੰ ਸੈਲਿਊਟ ਕਰਦੇ ਹਾਂ ਉਸ ਦੀ ਕੁਰਬਾਨੀ ਨੂੰ, ਔਰ ਅਸੀਂ ਇਹੀ ਵਿਸ਼ ਕਰਦੇ ਹਾਂ ਕਿ ਕਾਸ਼ ਅੱਜ ਸਾਡੇ ਕੋਲ ਵੀ ਇਸ ਲੈਵਲ ਦਾ ਕੋਈ ਦੂਰਦਰਸ਼ੀ ਸਟੇਟਸਮੈਨ ਹੁੰਦਾ ਹੋਏ ਜਿਹੜਾ ਸਿੱਖ ਕੌਮ ਨੂੰ, 30 ਮਿਲੀਅਨ ਕੌਮ ਨੂੰ ਜਿਹੜੀ ਕਿ ਇਸ ਵੇਲੇ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ। ਸਾਊਥ ਅਫਰੀਕਾ ਕੋਈ ਛੋਟੀ ਲੜਾਈ ਨਹੀਂ ਸੀ, ਬੜੇ ਜ਼ਾਲਮ ਸੀ ਉਹ ਗੋਰੇ ਜਿਹੜੇ ਪਾਵਰ ਦੇ ਵਿੱਚ ਸੀ, ਪਰ ਉਹਨੇ ਆਪਣੇ ਲੋਕਾਂ ਦਾ ਵਿਸ਼ਵਾਸ, ਉਹਨਾਂ ਦਾ ਫੇਥ, ਉਹਨਾਂ ਦੀ ਰਿਜ਼ੀਲੀਅੰਸ, ਉਹਨਾਂ ਦਾ ਆਪਣੇ ਨਿਸ਼ਾਨੇ ਤੱਕ ਪਹੁੰਚਣਾ, ਫਿਰ ਪਹੁੰਚਾ ਕੇ ਗਾਈਡ ਕਰਕੇ ਨੇਸ਼ਨ ਬਣਾ ਕੇ ਦੇ ਕੇ ਫਿਰ ਛੱਡ ਕੇ ਇਨ ਪੀਸ 95 ਸਾਲ 'ਚੋਂ ਜਾ ਰਿਹਾ। ਸੋ ਸੈਲਿਊਟ ਟੂ ਦਿਸ ਗ੍ਰੇਟ ਮੈਨ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 31 ਨੂੰ ਚੁਣੇ ਜੀ। ਉਹਦੇ 'ਚੋਂ ਕਹਿੰਦੇ ਨੇ, ਤ੍ਰਿਗੁਣ ਅਤੀਤ ਚਤੁਰਥ ਗੁਣ ਗਮਿਤਾ ਕੇ, ਪੰਚ ਤੱਤ ਉਲੰਘ ਪਰਮ ਤੱਤ ਵਾਸੀ ਹੈ, ਖੱਟ ਰਸ ਤਿਆਗ ਪ੍ਰੇਮ ਰਸ ਕੋ ਪ੍ਰਾਪਤ ਭੈ, ਪੂਰ ਸੂਰ ਸਪਤ ਅਨਹਦ ਅਭਿਆਸੀ ਹੈ, ਅਸ਼ਟ ਸਿਧਾਂਤ ਭੇਦ ਨਾਥਨ ਕੈ ਨਾਥ ਭੈ, ਦਸਮ ਸਥਲ ਸੁਖ ਸਾਗਰ ਬਿਲਾਸੀ ਹੈ, ਉਨ ਮਨ ਮਗਨ ਗਗਨ ਹੋਏ ਨਿਝਰ ਚਰੈ, ਸਹਿਜ ਸਮਾਦ ਗੁਰ ਪਰਚੇ ਉਦਾਸੀ ਹੈ। ਜੀ, ਇੱਕੋ ਇਹਦੇ 'ਚ ਥੋਟ ਹੈ, ਔਰ ਇਹ ਥੋਟ ਹੈ ਕਿ ਜਦੋਂ ਕੋਈ ਮਨੁੱਖ, ਕੋਈ ਵਿਅਕਤੀ ਦੁਨੀਆ ਦੇ ਪ੍ਰਭਾਵ ਤੋਂ ਆਪਣੇ ਆਪ ਨੂੰ ਬਚਾ ਲੈਂਦਾ, ਤ੍ਰਿਗੁਣ ਅਤੀਤ, ਤਿੰਨ ਗੁਣ ਪੁਰਾਤਨ ਪੂਰਬ ਦੇ ਸਾਹਿਤ ਦੇ ਵਿੱਚ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਦੀ ਇੱਕ ਲੰਬੀ ਵਿਆਖਿਆ ਹੈ ਕਿ ਇਹਨਾਂ ਤਿੰਨਾਂ ਦੇ ਪ੍ਰਭਾਵਾਂ ਥੱਲੇ ਮਨੁੱਖੀ ਮਨ ਹੁੰਦਾ, ਰਜੋ ਤਮੋ ਸਤੋ। ਅਤੇ ਭਾਈ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਹਨਾਂ ਤਿੰਨਾਂ ਨੂੰ ਜਿੱਤ ਲਏ, ਇਹ ਤਿੰਨੋਂ ਹੀ ਸੰਸਾਰ ਦੇ ਨਾਲ ਜੋੜਦੇ ਨੇ, ਅਤੇ ਜਿਹੜਾ ਇਹਨਾਂ ਤਿੰਨਾਂ ਤੋਂ ਉੱਪਰ ਉੱਠ ਜਾਏ, ਤ੍ਰਿਗੁਣ ਅਤੀਤ ਚਤੁਰਥ ਗੁਣ ਗਮਤਾ ਕੇ, ਜਿਹਨੇ ਇਹਨਾਂ ਤਿੰਨਾਂ ਨੂੰ ਜਿੱਤ ਲਿਆ, ਤਿੰਨਾਂ ਦੇ ਪ੍ਰਭਾਵਾਂ ਤੋਂ ਮੁਕਤ ਕਰ ਲਿਆ, ਉਹ ਫਿਰ ਚੌਥੇ ਪਦ ਦੇ ਵਿੱਚ ਉਸ ਅਗੰਮ ਵਾਹਿਗੁਰੂ ਦੇ ਉਸ ਵੱਡੇ ਬ੍ਰਹਿਮੰਡ ਦੀ ਖੇਡ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ। ਉਹ ਫਿਰ ਉਹਦੀ ਦੁਨੀਆਦਾਰ ਸੁਰਤ ਨਹੀਂ ਹੁੰਦੀ ਜੀ। ਔਰ ਪੰਚ ਤੱਤ ਉਲੰਘ, ਕਿਉਂਕਿ ਇਹ ਵੀ ਇੱਕ ਵਿਸ਼ਵਾਸ ਹੈ ਕਿ ਅਸੀਂ, ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ, ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਜਿਹੜਾ ਸਪੇਸ ਹੈ ਉਹ ਆਕਾਸ਼ ਹੈ, ਜਿੰਨੀ ਗਤੀ ਬਾਡੀ 'ਚ ਹੁੰਦੀ ਹੈ ਸਾਰੀ ਉਹ ਵਾਯੂ ਹੈ, ਜਿਹੜੀ ਸਾਰੇ ਗਲੈਂਡਸ ਨੇ ਅੱਗ ਹੈ, ਜਿਹੜੇ ਜੁਆਇੰਟਸ ਨੇ ਉਹ ਜਲ ਹੈ, ਅਤੇ ਹੱਡੀਆਂ ਜਿਹੜੀਆਂ ਨੇ ਉਹ ਪ੍ਰਿਥਵੀ ਹੈ, ਪੰਜ ਤੱਤ ਨੇ। ਭਾਈ ਸਾਹਿਬ ਕਹਿੰਦੇ ਨੇ ਪੰਜ ਤੱਤ ਉਲੰਘ ਪਰਮ ਤੱਤ ਵਾਸੀ ਹੈ, ਜਿਹਨੇ ਤਿੰਨਾਂ ਗੁਣਾਂ ਤੋਂ, ਰਜੋ ਤਮੋ ਸਤੋ, ਪੰਜ ਤੱਤਾਂ ਤੋਂ, ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਇਸ ਤੋਂ ਅਤੀਤ ਹੋਇਆ, ਟੁੱਟਿਆ, ਫਿਰ ਪਰਮ ਤੱਤ ਵਾਸੀ ਹੈ, ਉਹ ਰੱਬ ਦੀ ਉਸ ਵੱਡੀ ਖੇਡ ਦਾ ਹਿੱਸਾ। ਖੱਟ ਰਸ ਤਿਆਗ, ਉਹ ਦੁਨਿਆਵੀ ਰਸਾਂ ਦਾ ਤਿਆਗ ਕਰ ਦਿੰਦਾ, ਪ੍ਰੇਮ ਰਸ ਕੋ ਪ੍ਰਾਪਤ ਵੈ, ਉਹ ਪਿਆਰ ਦੇ ਰਸ ਦੇ ਵਿੱਚ ਹੀ ਆਪਣੇ ਆਪ ਨੂੰ ਗੁਣੰਦ ਕਰਦਾ, ਪੂਰ ਸੂਰ ਸਪਤ ਅਨਹਦ ਅਭਿਆਸੀ ਹੈ, ਉਹ ਪੂਰਾ ਰੱਬ ਦੇ ਪਿਆਰ ਵਿੱਚ ਭਰਿਆ, ਅਨਹਦ ਜਿਹੜਾ ਉਸ ਦੇ ਅੰਦਰ ਉਸ ਸ਼ਬਦ ਦਾ ਗਾਇਨ ਹੁੰਦਾ। ਅਸ਼ਟ ਸਿਧਾਂਤ ਭੇਦ, ਉਹ ਯੋਗਾ ਦੇ 8 ਰਸਤਿਆਂ ਨੂੰ ਤੋੜ ਕੇ ਨਾਥਨ ਕਹਿ ਨਾਥ ਪਏ, ਨਾਥ ਨੂੰ ਸਾਰਿਆਂ 'ਚੋਂ ਪਾਸੇ ਨਿਕਲ ਜਾਂਦਾ। ਦਸਮ ਸਥਲ ਸੁੱਖ ਸਾਗਰ ਬਿਲਾਸੀ ਹੈ, ਉਹ ਦਸਵੇਂ ਦੁਆਰ ਦੇ ਵਿੱਚ ਉਸ ਦੀ ਸੁਰਤ ਖੇਡਦੀ ਹੈ। ਉਨ ਮਨ ਮਗਨ ਗਗਨ ਹੋਏ ਨਿਜਰ ਚਰੇ, ਦੁਨੀਆ ਤੋਂ ਉਹ ਅਟੰਕ ਹੋ ਕੇ ਉਸ ਦੇ ਅੰਦਰ ਪਿਆਰ ਦਾ ਚਸ਼ਮਾ ਚੱਲਦਾ। ਸਹਿਜ ਸਮਾਧ ਗੁਰ ਪਰਚੇ ਉਦਾਸੀ ਹੈ, ਉਹ ਸਹਿਜ ਸਮਾਜ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਉਸ ਦਾ ਜਿਹੜਾ ਉਹ ਲਿਵ ਜੁੜੀ ਹੁੰਦੀ ਹੈ। ਔਰ ਇਸ ਦੇ ਨਾਲ ਹੀ ਮੈਂ ਜਾਣ ਤੋਂ ਪਹਿਲਾਂ ਇਹ ਖਬਰ ਦੱਸਦੇ ਹਾਂ ਕਿ ਆਲਰੇਡੀ ਜਿਹੜੀ ਖਬਰ ਹੁਣੇ ਫਲੈਸ਼ ਹੋਈ ਹੈ ਕਿ ਵੀਰ ਹਰਪਾਲ ਸਿੰਘ ਚੀਮਾ ਜਿਹੜੇ ਨੇ ਉਹ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਭੁੱਖੜਤਾਲ 'ਤੇ ਬੈਠੇ ਨੇ ਜੀ। ਔਰ ਜਿਵੇਂ ਇਹ ਦੱਸਿਆ ਗਿਆ ਸੀ ਕਿ ਪ੍ਰੋਗਰਾਮ ਆਉਣ ਵਾਲੇ ਦਿਨਾਂ 'ਚ ਪੰਜ ਸਿੰਘਾਂ ਦੇ ਜੱਥੇ ਬੈਠਣੇ ਨੇ, ਸੋ ਜ਼ਾਹਰ ਹੈ ਵੀ ਇਹ ਹਰਪਾਲ ਸਿੰਘ ਚੀਮਾ ਜਿਹੜੇ ਨੇ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਥਾਂ 'ਤੇ ਇਸ ਗੱਲ ਨੂੰ ਅੱਗੇ ਤੋਰਨ ਦਾ ਪ੍ਰਣ ਲਿਆ। ਔਰ ਅਸੀਂ ਸਮਝਦੇ ਹਾਂ ਵੀ ਸਿੱਖ ਸੰਗਤਾਂ ਦੁਨੀਆ ਭਰ ਦੇ ਵਿੱਚ ਜਾਗਰੂਕ ਹੋ ਕੇ ਇਸ ਸਾਰੀ ਮੂਵਮੈਂਟ ਨੂੰ, ਸਿੰਘਾਂ ਦੀ ਰਿਹਾਈ ਦੀ ਜਿਹੜੀ ਇੱਕ ਮੂਵਮੈਂਟ ਖੜੀ ਕੀਤੀ ਹੈ ਜੀ, ਭਾਈ ਗੁਰਬਖਸ਼ ਸਿੰਘ ਜੀ ਨੇ ਆਪਣੀ ਕੁਰਬਾਨੀ ਦੇ ਨਾਲ ਇਸ ਨੂੰ ਆਪਣਾ ਪੂਰਾ ਸਮਰਥਨ ਦੇਣਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਰ,
ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਅਤੇ ਰਾਏ ਸਾਨੂੰ ਭੇਜੇ ਅਤੇ ਭੇਜਦੇ ਰਹਿਣਾ ਸਾਡੇ ਇਸ ਪਤੇ 'ਤੇ SOS@TV84.TV 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।